ਕਾਰਨ ਸਾਰੇ ਕੁਛ ਨਹੀਂ ਪਤਾ, ਮੈਨੂੰ ਤਾਂ ਮੇਰੇ ਘਰ ਨੇ ਮੈਨੂੰ ਸ਼ਾਮ ਨੂੰ ਰੋਟੀ ਖਵਾਈ, ਉਸ ਤੋਂ ਬਾਅਦ ਚਲੀ ਗਈ ਆ। ਜਿਹੜੀ ਮਤਲਬ ਕਿ ਸਾਡੀ ਭਾਬੀ ਜੀ ਸੀਗੇ ਉਹ ਵੀ ਹੁੰਦੜਹੇਲ ਸੀਗੇ, ਕੋਈ ਇੰਨੇ ਹਲਕੇ ਨਹੀਂ ਸੀਗੇ, ਕੋਈ ਮਤਲਬ ਕਿ ਉਹ ਨਹੀਂ ਸੀਗੇ, ਸਿਹਤ ਪੱਖੋਂ ਵੀ ਠੀਕ ਸੀਗੇ ਸਾਰੇ, ਇੱਕ ਦੋ ਬੰਦੇ ਨੂੰ ਵੈਸੇ ਹੀ ਉਹ ਕਾਬੂ ਕਰ ਸਕਦੇ ਸੀਗੇ, ਕੋਈ ਇੱਦਾਂ ਦੀ ਗੱਲ ਨਹੀਂ। ਸਿੰਘ ਜੀ ਕਿੱਥੇ ਰਹਿੰਦਾ ਜੀ? ਪਿੰਡ ਸਿਆੜ ਜੀ। ਕੀ ਹੋਇਆ ਛੱਤੀ ਬਾਈ ਨਾਲ? ਵੈਸੇ ਤਾਂ ਰਾਤ ਕਤਲ ਹੋ ਗਿਆ ਜੀ। ਕਿਹਨੇ ਕੀਤਾ ਕਤਲ? ਪ੍ਰਵਾਸੀ ਮਜ਼ਦੂਰ ਆ ਜੀ, ਭਈਆ ਪਬਲੂ ਨਾਂ ਹੈ ਉਹਦਾ। ਕਾਰਨ ਕੀ ਸੀ? ਕਾਰਨ ਸਾਰੇ ਕੁਛ ਨਹੀਂ ਪਤਾ, ਮੈਨੂੰ ਤਾਂ ਮੇਰੇ ਘਰ ਨੇ ਮੈਨੂੰ ਸ਼ਾਮ ਨੂੰ ਰੋਟੀ ਖਵਾਈ, ਉਸ ਤੋਂ ਬਾਅਦ ਚਲੀ ਗਈ ਆ। ਅਤੇ ਮੈਨੂੰ 9 ਵਜੇ ਸਾਡੇ ਪ੍ਰਗਟ ਸਿੰਘ ਨੇ ਸਰਪੰਚ ਸਾਹਿਬ ਉਹਨਾਂ ਦਾ ਫੋਨ ਆਇਆ, ਕਹਿੰਦੇ ਵੀਰੇ ਤੁਸੀਂ ਕਿੱਥੇ ਹੋ? ਮੈਂ ਮੈਂ ਘਰ ਹਾਂ। ਅਤੇ ਕਹਿੰਦੇ ਵੀ ਘਰ, ਕਹਿੰਦੇ ਵੀ ਤੁਹਾਡੇ ਘਰ ਦੇ ਕਿੱਥੇ ਨੇ? ਮੈਂ ਹਜੇ ਬਾਹਰ, ਹੁਣ ਮੈਂ ਬਾਹਰ ਵੀ ਨਹੀਂ ਗਿਆ ਜੀ, ਉੱਠ ਕੇ ਮੰਤਰੀ ਬੈਠਾ, ਮੈਨੂੰ ਕੋਈ ਪਤਾ ਨਹੀਂ ਕੀ ਗੱਲਬਾਤ ਹੋਈ ਆ। ਅਤੇ ਫਿਰ ਉਹ ਕਹਿੰਦੇ ਵੀ ਤੂੰ ਵੀਰੇ ਮੇਰੇ ਘਰ ਆ। ਮੈਂ ਜੀ ਕੀ ਗੱਲ ਹੋਈ? ਨਹੀਂ ਜੀ, ਕਹਿੰਦੇ ਘਰ ਆ। ਅਤੇ ਮੈਂ ਆਪਦੇ ਚਾਚਾ ਜੀ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਏ, ਅਤੇ ਘਰ ਜਾ ਕੇ ਉਹ ਜਾਣੀ ਸ਼ਨਾਖਤ ਕਰ ਇਹ ਵਾਪਸ ਆ ਰਹੇ ਸੀਗੇ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਨਾਲ ਲੈ ਕੇ ਗਏ। ਹਾਲਤ ਜੋ ਹਾਲਤ ਉਸ ਬੰਦੇ ਨੇ ਵੀ ਕੀਤੀ ਆ। ਕਿੰਨੇ ਬੰਦੇ ਸੀ ਤੁਹਾਡੇ? ਪਤਾ ਨਹੀਂ ਉਹ ਕਿੰਨੇ ਸੀਗੇ, ਕਿੰਨੇ ਫੜਾਇਆ ਇਕੱਲਾ ਹੀ ਆ ਜੀ। ਕਿੱਥੇ? ਕਿਹੜੀ ਜਗ੍ਹਾ ਤੇ? ਉੱਥੇ ਪਿੰਡ ਸਿਆੜੀ ਕੀਤਾ। ਘਰ ਦੇ ਵਿੱਚ ਹੋਇਆ? ਨਹੀਂ, ਬਾਹਰ ਆ ਖੇਤਾਂ ਦਾ। ਹਾਂਜੀ, ਖੇਤਾਂ ਦਾ। ਨਹੀਂ, ਤੁਹਾਡੀ ਵਾਈਫ ਖੇਤਾਂ 'ਚ ਕੀ ਕਰਨ ਗਏ ਸੀ? ਪਤਾ ਨਹੀਂ, ਹੁਣ ਤਾਂ ਉਹਨਾਂ ਦੇ ਮੋਬਾਈਲ 'ਤੇ ਕੋਈ ਫੋਨ ਆਇਆ ਸੀ, ਉਹੀ ਫੋਨ ਸੁਣ ਕੇ ਗਈ। ਅਤੇ ਹੈ ਕੌਣ ਬੰਦਾ ਜੀ? ਭਈਆ ਜੀ ਫੜ ਲਿਆ ਜੀ ਰਾਤ ਤੋਂ। ਹਾਂਜੀ, ਰਾਤ ਪਹਿਚਾਣ ਲਿਆ ਜੀ, ਫੜ ਲਿਆ। ਤੁਸੀਂ ਜਾਣਦੇ ਹੋ ਉਹਨੂੰ? ਹਾਂਜੀ ਜਾਣਦੇ। ਕੋਈ ਰੰਜਿਸ਼ ਵਗੈਰਾ ਵੀ ਕੋਈ? ਕੋਈ ਰੰਜਿਸ਼ ਨਹੀਂ ਹੈਗੀ ਜੀ, ਮੈਂ ਤਾਂ ਹੈਰਾਨ ਉਹ ਬੰਦੇ ਨੇ। ਹਾਂਜੀ ਸਰ, ਪਹਿਲਾਂ ਵੀ ਤੁਹਾਡੇ ਆਉਂਦਾ ਜਾਂਦਾ ਕੀ ਹੈਗਾ? ਨਹੀਂ, ਪਹਿਲਾਂ ਨਹੀਂ ਜਾਂਦੇ ਸੀ, ਜਿੱਥੇ ਕਿ ਰਹਿਣ ਗਿਆ ਸੀ ਕਿ ਕਿਸੇ ਦੇ ਮਕਾਨ 'ਚ, ਉੱਥੇ ਉਹ ਰਹਿੰਦਾ ਸੀਗਾ। 30 ਸਾਲ ਹੋ ਗਏ ਉਹਨੂੰ ਰਹਿੰਦੇ ਨੂੰ ਉੱਥੇ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਆਪਣੇ ਪੇਂਟ ਦਾ ਕੰਮ ਕਰਦਾ। ਕਿੰਨੇ ਬੱਚੇ? ਕਿੰਨੇ ਬੱਚੇ? 3 ਨੇ। ਉਮਰ ਕਿੰਨੀ ਤੁਹਾਡੀ? ਉਮਰ 37 ਸਾਲ ਹੈ ਜੀ। ਵਾਈਫ ਦਾ ਕੀ ਨਾਮ? ਕੀ ਹੈ ਵਾਈਫ ਦਾ? ਸਤਪਾਲ ਕੌਰ। ਹਾਂਜੀ, ਕੀ ਮੰਗ ਕਰਦੇ ਜੀ? ਮੰਗ ਮੈਂ ਇਹੀ ਚਾਹੁੰਦਾ ਕਿ ਮੇਰੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮੇਰੇ ਕੋਲ ਤਾਂ ਫਾਂਸੀ ਦੀ ਸਜ਼ਾ, ਬਸ ਕਿਵੇਂ ਉਹਨੇ ਮੇਰੀ ਕਾਲੀ ਦਾ ਹੱਲ ਕੀਤਾ, ਉਸ ਹਿਸਾਬ ਨਾਲ ਪਤਾ ਲੱਗੇ ਮੈਨੂੰ ਪਤਾ ਮੇਰਾ ਪਿੰਡ ਵੀ ਸਿਆਣੇ ਆ ਜੀ, ਇਹ ਮੇਰੇ ਤਾਏ ਜੀ ਦਾ ਲੜਕਾ ਜੀ। ਇਹ ਕੁਛ ਚਿਰ ਪਹਿਲਾਂ ਕੋਈ ਕੋਠੀ ਸੀਗੀ, ਮਕਾਨ ਸੀਗਾ ਕਿਸੇ ਦਾ, ਮਤਲਬ ਕਿ ਉਹ ਫੈਮਿਲੀ ਬਾਹਰ ਗਈ ਹੋਈ ਹੈ ਜੀ, ਅਤੇ ਉਹ ਇਹਨਾਂ ਨੂੰ ਕਿਰਾਏ 'ਤੇ ਸੰਭਾਲ 'ਤੇ ਰੱਖ ਗਿਆ ਜੀ। ਉਹ ਇਹ ਬੰਦਾ ਪ੍ਰਵਾਸੀ ਮਜ਼ਦੂਰ ਜੋ ਬਬਲੂ ਆ, ਉਹ ਪਹਿਲਾਂ ਹੀ ਇੱਥੇ ਰਹਿੰਦਾ ਸੀਗਾ, ਆਲਰੇਡੀ 20-25 ਸਾਲ ਤੋਂ ਲੈ ਰਿਹਾ ਸੀ, ਦਾਣਾ ਮੰਡੀ ਦੇ ਵਿੱਚ ਸੀਜ਼ਨ ਵੀ ਲਾ ਰਿਹਾ ਸੀਗਾ, ਅਤੇ ਇਹਨਾਂ ਦਾ ਵੀ ਕੰਮ ਕੁੰਮ ਕਰ ਰਿਹਾ ਜੀ। ਚਲੋ ਉਹਨਾਂ ਬੰਦਿਆਂ ਨੇ ਇਹਨਾਂ ਦਾ ਮਾੜੇ ਮੋਟੇ ਰਿਲੇਸ਼ਨ ਬਣ ਗਏ ਜੀ। ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ, ਤੁਸੀਂ ਸਾਡੇ ਕੋਠੀ ਘਰ ਸਾਂਭੋ, ਵੀ ਕੋਈ ਨਾ ਸਾਨੂੰ ਅਸੀਂ ਖਰਚਾ ਆਪਣੇ ਵਿਆਹ ਗਏ। ਅਸੀਂ ਗਰੀਬ ਆਦਮੀ ਕੀ ਕਹਿੰਦੇ, ਅਸੀਂ ਸਾਂਭ ਲਿਆ ਜੀ। ਉਹ ਮਾੜਾ ਮੋਟੀ ਕੋਈ ਗੱਲਬਾਤ ਆਪਸ ਵਿੱਚ ਕੋਈ ਹੋਊਗੀ ਹੋਣੀ ਇਹਨਾਂ ਦੀ ਆਪਸ ਵਿੱਚ ਕੋਈ ਗੱਲ, ਬਾਕੀ ਰੋਟੀ ਖਾਧੀ ਉਹਨਾਂ ਨੇ, ਰੋਟੀ ਇਹਨੂੰ ਪਾ ਕੇ ਗਏ ਨੇ ਘਰੇ, ਬਸ ਫੋਨ ਆਇਆ ਇਹਨਾਂ ਨੂੰ ਫੋਨ 'ਤੇ ਗੱਲ ਕਰਦੇ ਕਰਦੇ ਜੀ। 15 ਮਿੰਟਾਂ ਬਾਅਦ ਸਾਨੂੰ ਸਰਪੰਚ ਦਾ ਫੋਨ ਆ ਗਿਆ ਕਿ ਵਾਰਦਾਤ ਹੋਈ ਪਈ ਆ, ਤੁਸੀਂ ਆ ਕੇ ਸ਼ਨਾਖਤ ਕਰ ਲਓ। ਅਸੀਂ ਉਦੋਂ ਗਏ ਹਾਂ ਉੱਥੇ, ਸਾਨੂੰ ਉੱਥੇ ਗਾਹਾਂ ਨਹੀਂ ਜਾਣ ਦਿੱਤਾ ਹੈਗਾ ਉਹਨਾਂ ਨੇ, ਨਾ ਹੀ ਅਸੀਂ ਦੇਖਿਆ ਕੁਛ, ਹੁਣ ਅਸੀਂ ਪੋਸਟਮਾਰਟਮ ਲੈਣ ਆਇਆ। ਸਾਨੂੰ ਇਹ ਕੀ ਕਹਿ ਸਕਦੇ ਜੀ ਆਪਾਂ ਹੁਣ, ਜਾਂ ਉਹਨੂੰ ਪਤਾ ਜਾਂ ਉਹ ਬੰਦੇ ਨੂੰ ਪਤਾ ਜੀ, ਜਾਂ ਕੀ ਗੱਲਬਾਤ ਹੈ ਕੀ ਨਹੀਂ ਗੱਲਬਾਤ ਹੈ।
ਬੱਚੇ ਛੋਟੇ, ਇੱਕ 15 ਸਾਲ ਦਾ ਜੀ ਬੇਟਾ, ਅਤੇ ਗੁੜੀਆ ਹੈਗੀ ਆ ਮਤਲਬ 7-8 ਸਾਲ ਦੀ ਹੈਗੀ ਆ, ਅਤੇ ਛੋਟਾ ਬੇਟਾ 5 ਸਾਲ ਦਾ ਜੀ। ਪਹਿਲੀ ਗੱਲ ਤਾਂ ਜਿਹੜੇ ਭਈਏ ਭੂਈਏ ਨੇ ਸਾਰੇ ਇਹ ਪੰਜਾਬ 'ਚੋਂ ਬਾਹਰ ਹੀ ਕੱਢਣੇ ਚਾਹੀਦੇ ਨੇ, ਇਹਨਾਂ ਦੀ ਸ਼ਨਾਖਤ ਕਰਕੇ ਹੀ ਰੱਖਣਾ ਚਾਹੀਦਾ ਇੱਥੇ ਇਹਨਾਂ ਨੂੰ, ਇਹਨਾਂ ਦਾ ਸਾਰਾ ਬਾਇਓਡਾਟਾ ਲੈ ਕੇ A to Z ਜਦੋਂ ਆਪਾਂ ਨੂੰ ਯਕੀਨ ਹੋ ਗਿਆ ਤਾਂ ਹੀ ਇਹਨਾਂ ਨੂੰ ਘਰ ਦੇ ਵਿੱਚ ਵੜਨਾ ਚਾਹੀਦਾ, ਨਹੀਂ ਤਾਂ ਹੁਣ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਜਿੱਦਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਹ ਫੜਿਆ ਗਿਆ ਜੀ, ਅਸੀਂ ਸਾਰੀ ਦਿਹਾੜੀ ਮੇਰੇ ਯਾਰ ਦੋਸਤ ਮੁੰਡੇ 25-30 ਮੁੰਡੇ ਘੱਟੋ ਘੱਟ ਪਿੰਡ ਦੇ ਸਾਰੇ ਸਾਰੀ ਰਾਤ ਹੀ ਅਸੀਂ ਘੁੰਮਦੇ ਰਹੇ। ਤੜਕੇ ਸਾਨੂੰ ਸਵੇਰੇ ਉਹ 3 ਵਜੇ ਜਾ ਕੇ ਮਲੌਦ ਰੋੜੀਆਂ ਵਾਲੇ ਅੱਡੇ ਤੋਂ ਮਲੌਦ ਤੋਂ ਸਾਨੂੰ ਸੁੱਤਾ ਪਿਆ ਪਾਇਆ ਗਿਆ ਮਿਲਿਆ, ਉਹ ਵੀ ਅਸੀਂ ਘੁੰਮ ਫਿਰ ਕੇ ਬਹੁਤ ਮੁਸੱਤਤ ਦੇ ਨਾਲ ਮਿੱਤਰਾਂ ਨੇ ਯਾਰਾਂ ਦੋਸਤਾਂ ਨੇ ਬਹੁਤ ਹਿੰਮਤ ਕਰੀ, ਆਹ ਮੁੰਡਾ ਜਗਰਾਜ ਆ ਜੀ ਇਹਨਾਂ ਨੇ ਬੰਦਿਆਂ ਨੇ ਬਹੁਤ ਹਿੰਮਤ ਕਰੀ ਆ ਸਾਡੇ ਨਾਲ, ਕੋਈ ਬੰਦਾ ਰਾਤ ਨੂੰ ਸਾਡੇ ਯਾਰ ਦੋਸਤ ਕੋਈ ਸੁੱਤਾ ਨਹੀਂ ਹੈਗਾ, ਅਸੀਂ ਸੂਈਆਂ ਲੈਂਦੇ ਫਿਰੀ ਗਏ ਕਿਤੇ ਨਾ ਕਿਤੇ, ਸਾਡੇ ਛੋਟੇ ਛੋਟੇ ਜਵਾਕ ਵੀ ਸਾਡੇ ਨਾਲ, ਪੁਲਿਸ ਨੇ ਬਹੁਤ ਮਦਦ ਕਰੀ ਆ ਜੀ ਸਾਡੀ, ਬਹੁਤ ਜ਼ਿਆਦਾ ਮਦਦ ਕਰੀ ਆ ਸਾਰੀ ਦਿਹਾੜੀ। 3 ਵਜੇ ਤੱਕ SHO ਸਾਹਿਬ ਨੇ, SI ਸਾਹਿਬ ਨੇ, ਥਾਣੇਦਾਰ ਸਾਹਿਬ ਨੇ ਸਾਡੇ ਨਾਲ, ਰੋਟੀ ਵੀ ਨਹੀਂ ਖਾਧੀ ਹੈਗੀ ਉਹਨਾਂ ਨੇ, ਸਾਡੇ ਨਾਲ ਜਾਣੀ ਪੂਰੀ ਤਰ੍ਹਾਂ ਹੀ ਘੁੰਮਦੇ ਰਹੇ ਨੇਗੇ। ਆਖਿਰਕਾਰ ਅਸੀਂ ਜਾ ਕੇ 3 ਵਜੇ ਜਾ ਕੇ ਸਾਨੂੰ ਸਫਲਤਾ ਮਿਲੀ ਆ, ਉਹ ਵੀ ਅਸੀਂ ਸਾਡੀਆਂ ਬੁੜੀਆਂ ਸੀਗੀਆਂ ਨਾਲ, ਉਹਨਾਂ ਨੇ ਦੇਖਿਆ ਇਹਨੇ ਬੰਦੇ ਨੇ, ਇਹਨੇ ਹੀ ਤਾਂ ਪਛਾਣਿਆ ਜੀ ਬੰਦੇ ਨੂੰ, ਉਹਨੂੰ ਕਿ ਇਹੀ ਆ ਉਹ ਬੰਦਾ, ਸਾਡੇ ਤਾਂ ਪਛਾਣ 'ਚ ਵੀ ਨਹੀਂ ਆਇਆ, ਮੈਂ ਤਾਂ ਹੈ ਵੀ ਨਹੀਂ ਸੀਗਾ ਉੱਥੇ, ਇਹੀ ਬੰਦੇ ਨੇ ਉਹਨੂੰ ਫੜ ਕੇ ਲੈ ਗਏ ਨੇ, ਇਹੀ ਉਹਨਾਂ ਨੇ ਕਟਾਪਾ ਉਡੁੱਪਾ ਕਰਿਆ ਮਾੜਾ, ਫਿਰ SSP ਥਾਣੇਦਾਰ ਸਾਹਿਬ ਨੇ ਉਹਨਾਂ ਨੂੰ ਦੱਸਿਆ ਵੀ ਇਹੀ ਬੰਦਾ ਸੀ, ਫਿਰ ਇਹਨਾਂ ਨੇ ਅਰੈਸਟ ਕਰਾਇਆ ਵੀ ਹਾਂ ਇਹੀ ਬੰਦਾ, ਇਹਨਾਂ ਨੇ ਮਾਰਿਆ ਉਹਨਾਂ, ਫਿਰ ਉਹਨੇ ਪਤਾ ਨਹੀਂ ਜਾਣੂ ਕਬੂਲ ਕਰਿਆ ਕਿ ਨਹੀਂ ਕਰਿਆ, 100% ਜਾਣੀ ਸ਼ੋਰ ਆ ਵੀ ਉਸ ਬੰਦੇ ਨੇ ਇਹੀ ਕਤਲ ਕਰਿਆ, ਉਹਦੇ ਨਾਲ ਹੋ ਸਕਦਾ ਵੀ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਇਹ 1-2 ਬੰਦਾ ਨਾਲ ਹੋਰ ਹੋ ਸਕਦੇ ਨੇ, ਕਿਉਂਕਿ ਉਹ ਵੀ ਜਿਹੜੀ ਮਤਲਬ ਕਿ ਸਾਡੀ ਭਾਬੀ ਜੀ ਸੀਗੇ ਉਹ ਵੀ ਹੁੰਦੜਹੇਲ ਸੀਗੇ, ਕੋਈ ਇੰਨੇ ਹਲਕੇ ਨਹੀਂ ਸੀਗੇ, ਕੋਈ ਮਤਲਬ ਕਿ ਉਹ ਨਹੀਂ ਸੀਗੇ, ਸਿਹਤ ਪੱਖੋਂ ਵੀ ਠੀਕ ਸੀਗੇ ਸਾਰੇ, 1-2 ਬੰਦੇ ਨੂੰ ਵੈਸੇ ਹੀ ਉਹ ਕਾਬੂ ਕਰ ਸਕਦੇ ਸੀਗੇ, ਕੋਈ ਇੱਦਾਂ ਦੀ ਗੱਲ ਨਹੀਂ ਸੀ। ਨਾ ਹੋਵੋ ਪਰੇਸ਼ਾਨ, ਸਾਰੇ ਇਲਮਾਂ ਦੀ ਕਾਟ ਮੇਰੇ ਕੋਲ, ਬੇਗਮ ਸ਼ਹਿਨਾਜ ਜੀ, 25 ਸਾਲ ਦਾ ਤਜੁਰਬਾ, 9 ਇਲਮਾਂ ਦੀ ਤਾਕਤ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ PR ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ, ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ, ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ, ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ, ਬੇਗਮ ਸ਼ਹਿਨਾਜ ਜੀ, ਸੰਪਰਕ ਕਰੋ 87250-40658, 8725040658।